ਵਿਆਹ ਆਉਣ ਤੇ ਜਾਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਖੁਸ਼ੀ ਦਾ ਕੋਈ ਮੌਕਾ ਹੋਵੇ, ਫੰਕਸ਼ਨ ਤੇ ਜਾਣਾ ਹੋਵੇ, ਲੇਡੀ ਸ਼ੀਸ਼ੇ ਮੂਹਰੇ ਹੁੰਦੀਆਂ, ਬੰਦਾ ਗੱਡੀ ਜਾਂਦਾ, ਪੰਜਾਬ ਪੁਲਿਸ ਗੁੱਡੀਆਂ ਫੋੜਦੀਆਂ। ਇਹਦੂ ਬਾਅਦ ਲਾਉਂਦੇ ਇੱਕ ਘੰਟੇ ਬਾਅਦ ਤੁਸੀਂ ਮਾੜਾ ਜਿਹਾ ਟੈਂਕੀ ਮਾੜੀ ਜਿਹੀ ਫੁੱਲ ਕਰ ਲਓ, ਦਿਲ ਪੰਜੇ ਹੋ ਜਾਓ, ਉਦੋਂ ਬਾਅਦ ਆਪਾਂ ਫਿਰ ਲਾਉਂਦੇ ਹਾਂ, ਠੀਕ ਹੈ। ਮਾੜੇ ਜਿਹਾ ਲਾਓ, ਮੋਟੇ ਮੋਟੇ ਰੌਲਾ ਜਾਪਣਾ ਚਾਹੀਦਾ, ਵਿਆਹ ਆਇਆ ਖੁਸ਼ੀ ਨੂੰ ਇੰਜੋਏ ਕਰੀਏ, ਠੀਕ ਹੈ ਨਾ। ਜਦੋਂ ਬੰਦਾ ਕਿਸੇ ਫੰਕਸ਼ਨ 'ਤੇ ਜਾਂਦਾ, ਲੇਡੀ ਸ਼ੀਸ਼ੇ ਮੂਹਰੇ ਹੁੰਦੀਆਂ, ਯਾਰ ਸ਼ਾਂਤੀ ਪਲੀਜ਼, ਲੇਡੀ ਸ਼ੀਸ਼ੇ ਮੂਹਰੇ ਹੁੰਦੀਆਂ ਅਤੇ ਬੰਦਾ ਗੱਡੀ 'ਚ ਬੈਠਾ ਹੁੰਦਾ, ਆਰਨ ਮਾਰੀ ਜਾਂਦਾ ਹੁੰਦਾ, ਆ ਜਾਓ ਆ ਜਾਓ ਆ ਜਾਓ, ਠੀਕ ਹੈ ਨੀ, ਬਸ ਕੱਢਦੇ ਭਾਤੇ ਆ ਗਈ 10 ਮਿੰਟ 10 ਮਿੰਟ, ਅਤੇ ਇਹਨਾਂ ਦੇ 10 ਮਿੰਟ ਬੜੇ ਲੰਬੇ ਹੁੰਦੇ ਨੇ, ਤਿਆਰ ਹੋਣ 'ਤੇ ਬਹੁਤ ਟਾਈਮ ਲੱਗਦਾ। ਅਤੇ ਜਦੋਂ ਵਾਪਸ ਜਾਣਾ ਹੋਵੇ ਘਰ ਤੋਂ, ਪੈਲਸ ਤੋਂ ਘਰ ਨੂੰ ਜਾਣਾ ਹੋਵੇ, ਉਦੋਂ ਫਿਰ ਬਾਈਰ ਗੇ ਟੇਬਲ 'ਤੇ ਹੁੰਦੇ ਨੇ, ਇਹ ਗੱਡੀ 'ਚ ਬੈਠੀਆਂ ਆਉਂਦੀਆਂ, ਫਿਰ ਕਹਿੰਦੀਆਂ ਸੱਦ ਲਿਆ ਤਾਂ ਚਿਰ ਸੱਦ ਲਿਆ ਤਾਂ, ਫਿਰ ਇਹ ਕਹਿੰਦੇ ਨੇ 10 ਮਿੰਟ ਦੇ, ਇਹਨਾਂ ਦੇ 10 ਮਿੰਟ ਵੀ ਥੋੜ੍ਹੇ ਜਿਹੇ ਜ਼ਿਆਦਾ ਹੀ ਲੱਗਦੇ। ਸੋ ਇਹਨਾਂ ਦਾ ਗੀਤ ਹੈ ਇੱਕ ਮਾਹੌਲ ਬੜਾ ਖਾਸ ਕਰ, ਅਤੇ ਵਿਆਹ ਚੱਲੇ ਆ ਅਤੇ ਉਹ ਵਿਆਹ ਹੈਗਾ ਪੇਕੇ ਪਿੰਡ, ਕੀ ਕਹਿੰਦੀ ਹੈ ਸੁਣ ਕੇ। Thank you.
Yeah.